ਇਹ ਉਪਰਾਲਾ ਤਾਂ ਜਿੱਦਾਂ ਆਪਣੇ ਡੱਲੇਵਾਲ ਸਾਹਿਬ ਨੇ ਇੱਕ ਜਾਂਦੇ ਜਾਂਦੇ ਸਵਾਲ ਲਿਆ, ਇਹ ਉਪਰਾਲਾ ਤਾਂ ਪੰਜਾਬ ਚ ਸ਼ੁਰੂ ਹੋ ਚੁੱਕਾ ਹੈ, ਉਹ ਵੀ ਉਹਦੇ ਪਿੱਛੇ ਵੀ ਤੁਹਾਨੂੰ ਪਤਾ ਵਿਦੇਸ਼ ਦੇ ਵਿੱਚੋਂ ਗਏ ਆ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਜਾ ਕੇ ਲਹਿਰ ਸ਼ੁਰੂ ਕਰ ਲਈ ਅੰਮ੍ਰਿਤ ਸੰਚਾਰ ਦੀ, ਤੇ ਪਿੰਡਾਂ ਪਿੰਡਾਂ ਚੋਂ ਖਾਲਸਾ ਬਹੀਰ ਵੀ ਉਹਨਾਂ ਨੇ ਸ਼ੁਰੂ ਕਰਤਾ, ਬਹੁਤ ਲੋਕੀ ਅੰਮ੍ਰਿਤ ਛਕੀ ਵੀ ਜਾਂਦੇ ਆ, ਕਾਫੀ ਬਦਲਾਅ ਆਇਆ ਲੱਗਦਾ, ਤੁਹਾਨੂੰ ਕਿੱਦਾਂ ਲੱਗਦਾ ਉਹ? ਨਹੀਂ ਚਲੋ ਚੰਗੀ ਗੱਲ ਹੈ, ਅੰਮ੍ਰਿਤ ਛੱਕ ਕੇ ਕਿਸੇ ਕਿਸੇ ਬਹਾਨੇ ਨਾਲ ਹੀ ਛੱਡਣਗੇ, ਜੇ ਛੱਡਣਗੇ ਤਾਂ ਕਿਸੇ ਤਰੀਕੇ ਨਾਲ ਕੋਈ ਜ਼ਰੀਆ ਬਣਾ ਕੇ ਛੱਡਿਆ ਜਾਏਗਾ, ਚੰਗਾ ਹੈ ਉਹ ਵੀ ਤਰੀਕਾ ਬਹੁਤ ਚੰਗਾ ਹੈ, ਪਰ ਸਾਰਿਆਂ ਨੂੰ ਅੰਮ੍ਰਿਤਪਾਲ ਤਾਂ ਹੋ ਸਕਦਾ ਨਾ ਮਤਲਬ ਇਸ ਰਾਹ ਤੋਂ ਮੋੜ ਸਕੇ, ਉਹ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਮਤਲਬ ਉਹਦੇ ਵਿੱਚ ਆਪਦਾ ਬਣਦਾ ਯੋਗਦਾਨ ਪਾਈਏ। ਪਰ ਜਿਹੜੀ ਇਹ ਲਹਿਰ ਅੰਮ੍ਰਿਤ ਸੰਚਾਰ ਦੀ, ਇਹਨੂੰ ਤੁਸੀਂ ਕੋਈ ਰਾਜਨੀਤਿਕ ਸਮਝਦੇ ਹੋ ਜਾਂ ਇਹਦੇ ਪਿੱਛੇ ਕੋਈ ਏਜੰਸੀਆਂ ਦਾ ਹੱਥ ਲੱਗਦਾ ਜਾਂ ਕਿ ਆਪਣੇ ਆਪ ਹੀ ਨੌਜਵਾਨਾਂ 'ਚ ਇਹ ਬਦਲਾਅ ਆ ਗਿਆ? ਦੇਖੋ ਇਹ ਮੈਂ ਕਦੇ ਇਹਨਾਂ, ਮੈਨੂੰ ਤਾਂ ਇਹ ਲੱਗਦਾ ਹੁੰਦਾ ਹੈ ਵੀ ਜੇ ਕੋਈ ਗੁਰੂ ਦੀ ਗੱਲ ਕਰਦਾ ਤਾਂ ਵਧੀਆ ਕਰ ਰਿਹਾ ਹੈ, ਜੇ ਕਿਸੇ ਨੂੰ ਅੰਮ੍ਰਿਤ ਛਕਾ ਰਿਹਾ ਤਾਂ ਵਧੀਆ ਹੋ ਰਿਹਾ ਹੈ। ਠੀਕ, ਜਿੱਥੇ ਕਿਤੇ ਰਾਜਨੀਤੀ ਨਜ਼ਰ ਆਏਗੀ ਉੱਥੇ ਰਾਜਨੀਤੀ ਵੀ ਬੋਲਾਂਗੇ ਵੀ ਰਾਜਨੀਤੀ ਹੋ ਰਹੀ ਹੈ। ਠੀਕ,